हेलो गाइस, मैं दीपांशु कजला एपीजे कॉलेज तो बोल रहा हां। अपने कॉलेज का माहौल देखो किवें लग रहा तुहानू। मैनूं 4 साल हो गए एपीजे दे विच ते मैं इन्ना नाम नहीं बना पाया जिन्ना इन्हें 2-3 महीनियां च बना लिया। भाजी जी पैदाइशी टैलेंट कोई ना कोई हुंदा, पैदाइशी टैलेंट भाई। ਆ ਭਰਾ ਆਪਣੇ ਸਵੇਰੇ ਸਵੇਰੇ ਚਾਹ ਤੇ ਨਾਲ ਗੋਲੀ ਖਾ ਲਈ ਆ? ਨਹੀਂ ਨਹੀਂ ਭਾਜੀ, ਗੋਲੀਆਂ ਖਾਣ ਵਾਲੇ ਬੰਦੇ ਨਹੀਂ ਆਪਾਂ। ਯਾਰ ਛੋਟਾ ਜਿਹਾ ਗਾਣਾ ਮੈਂ ਸੁਣ ਲਓ। ਕਿਹਦਾ? ਮੈਂ ਆਪੇ ਬਣਾਇਆ। ਸੁਣਾ 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 ਯਾਰ। ਜਹਾਂ ਮੇਰੀ ਜ਼ਿੰਦਗੀ ਮੁਝ ਸੇ ਇਤਨੀ ਖਫਾ ਨਹੀਂ। ਸੌਰੀ ਆਡੀਅੰਸ, ਇਤਨਾ ਹੀ ਬਣਾਇਆ ਮੈਨੇ ਖੁਦ। ਦਿਸ ਇਜ਼ ਕਾਲਡ ਦਮਾਲ, ਮੈਨੇ ਕੀਆ ਕਮਾਲ। ਹੈਲੋ ਐਵਰੀਬੋਡੀ, ਸਾਡੇ ਏ ਪੀ ਜੇ ਕਾਲਜ ਦਾ ਮਾਹੌਲ ਕਿਵੇਂ ਲੱਗਾ ਤੁਹਾਨੂੰ ਜਰਾ ਦਿਖਾ ਦਿੱਤਾ ਜਾਵੇ। ਦਿਖਾਓ ਜੀ। ਆ ਤਰਨ ਭਾਜੀ ਨੇ ਤੇ ਮੇਰਾ ਨਾਮ ਤਾਂ ਮੈਂ ਦੱਸ ਚੁੱਕਿਆ ਦੀਪਾਂਸ਼ੂ। ਨਹੀਂ ਇਹ ਵਲੌਗ ਦੀ ਸਟਾਰਟਿੰਗ ਆ, ਦੁਬਾਰਾ ਦੱਸ ਬਈ। ਕੱਟ ਕੇ ਦੁਬਾਰਾ? ਨਹੀਂ ਨਹੀਂ ਆਉਂਦੇ ਆ, ਨਹੀਂ ਯਾਰ ਕੱਟ ਦੇ ਯਾਰ, ਨੈਚੁਰਲ ਦਿਖਾਈ ਦਾ। ਮੈਂ ਕਦੀ ਦੂਸਰਾ ਸ਼ਾਟ ਨਹੀਂ ਯਾਰ, ਮੈਂ ਥੋੜਾ ਨਾ ਅੜ ਗਿਆ ਸੀਗਾ, ਪਲੀਜ਼ ਕੱਟ ਦੇ, ਥੋੜਾ ਅੜ ਗਿਆ ਸੀ। ਚੱਲ ਠੀਕ ਆ, ਕੱਟ ਦੀ। ਕਿੱਥੇ ਕੱਟੀ ਯਾਰ? ਯਾਰ ਇੱਥੋਂ ਮੈਂ ਕ੍ਰੌਪ ਕਰ ਲੂੰਗਾ ਤੂੰ ਬੋਲ। ਹੈਲੋ ਗਾਈਸ, ਮੈਂ ਦੀਪਾਂਸ਼ੂ ਕਜਲਾ ਏ ਪੀ ਜੇ ਕਾਲਜ ਤੋਂ ਬੋਲ ਰਿਹਾ ਵਾਂ। ਆਪਣੇ ਕਾਲਜ ਦਾ ਮਾਹੌਲ ਦੇਖੋ ਕਿਵੇਂ ਲੱਗ ਰਿਹਾ ਤੁਹਾਨੂੰ? ਆ ਤਰਨ ਭਾਜੀ ਨੇ, ਆ ਹਰਗੁਣ ਭਾਜੀ ਨੇ ਤੇ ਆ ਪਰਮ ਭਾਜੀ ਨੇ। ਮੇਰਾ ਹੀ ਦੱਸ। ਆਪਣੇ ਹੈਰੀ ਭਾਜੀ ਨੇ, ਸਾਡੇ ਯੂਟਿਊਬਰ ਸਾਹਿਬ। ਹਾਂ, ਤੇ ਆ ਸਾਡੇ ਰੌਕਸ ਦੀਪਾਂਸ਼ੂ। ਇਹਨਾਂ ਦੀਆਂ ਵੀਡੀਓ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤੇ ਥੱਲੇ ਸੋਹਣੇ ਸੋਹਣੇ ਕਮੈਂਟ ਕਰਕੇ ਸ਼ੇਅਰ ਕਰਿਆ ਕਰੋ। ਤੇ ਆਈਡੀ ਮੇਰੀ ਰੌਕਸ ਦੀਪਾਂਸ਼ੂ। ਮੈਨੂੰ 4 ਸਾਲ ਹੋ ਗਏ ਏ ਪੀ ਜੇ ਦੇ ਵਿੱਚ ਤੇ ਮੈਂ ਇੰਨਾ ਨਾਮ ਨਹੀਂ ਬਣਾ ਪਾਇਆ ਜਿੰਨਾ ਇਹਨੇ 2-3 ਮਹੀਨਿਆਂ 'ਚ ਬਣਾ ਲਿਆ। ਭਾਜੀ ਜੀ, ਪੈਦਾਇਸ਼ੀ ਟੈਲੈਂਟ ਕੋਈ ਨਾ ਕੋਈ ਹੁੰਦਾ, ਪੈਦਾਇਸ਼ੀ ਟੈਲੈਂਟ ਭਾਜੀ। 30 ਫੋਲੋਅਰ ਸੀ ਮੁੰਡੇ ਦੇ, ਕਾਲਜ ਆਉਣ ਤੋਂ ਬਾਅਦ 131 ਹੋ ਗਏ। ਔਰ ਸਾਰੇ ਕਾਲਜ ਦੇ ਬੰਦੇ ਆ। ਕੱਲ 131 ਸੀਗੇ, ਅੱਜ 135 ਹੈਗੇ ਆ। ਕੰਗ੍ਰੈਚੁਲੇਸ਼ਨਸ, ਕਿੰਨਾ ਬਣ ਗਿਆ ਸਟਾਰ। ਓਏ ਹੋਏ ਹੋਏ, ਸਹੀ ਹੈ ਭਰਾਵਾ, ਵਧੀਆ ਵਧੀਆ। ਅੱਜ ਮੇਰਾ ਵਲੌਗ ਸ਼ੁਰੂ ਕਰਕੇ ਤੈਨੂੰ ਕਿੱਦਾਂ ਦਾ ਲੱਗਾ? ਬਹੁਤ ਵਧੀਆ ਲੱਗਾ ਜੀ। ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਵਧੀਆ ਲੱਗਾ ਹੋਵੇ। ਆਏ ਨਹੀਂ ਕਾਰ 'ਚ, ਇਸ ਬੰਦੇ ਦੀ ਕਿੰਨੀ ਆ, ਐਡੇ ਬੰਦੇ ਖੜੇ ਵੀਡੀਓ ਬਣਾ ਰਹੇ, ਗੱਲਬਾਤ ਆ। ਮੈਂ ਹੈ ਦੀਪਾਂਸ਼ੂ ਭਾਈ, ਵੀਡੀਓ ਚੈੱਕ ਕਰ। ਤੈਨੂੰ ਕਿੱਦਾਂ ਲੱਗਦਾ ਐਡੇ ਐਡੇ ਬੰਦੇ ਤੇਰੀ ਵੀਡੀਓ? ਵੀਡੀਓ ਦਿਖਾ, ਵੀਡੀਓ ਦਿਖਾ ਯਾਰ, ਵੀਡੀਓ ਦਿਖਾ ਭਾਈ, ਰੀਲ ਤੇ ਦਿਖਾ ਯਾਰ, ਵੀਡੀਓ ਦਿਖਾ, ਵੀਡੀਓ ਦਿਖਾ, ਵੀਡੀਓ ਦਿਖਾ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੇਟ ਮੈਨ, ਵੇਟ ਵੇਟ। ਓ ਮਾਈ ਗੋਡ, ਬਸ ਬਸ ਦਿਖਾ ਦੇ ਇੱਧਰ ਭਾਈ। ਚਲ ਬਸ ਕਰ, ਹੋਰ ਨਹੀਂ ਦੇਣੀ। ਇਹ ਪਰ ਸੋਹਣੀ ਬਣੀ ਆ, ਵਧੀਆ ਬਣੀ ਆ, ਮੈਂ ਬਣਾਈ ਆ ਤਾਂ ਸੋਹਣੀ। ਆਪਣਾ ਯੂਜ਼ਰ ਨੇਮ ਬੋਲਦੇ, ਲੋਕੀ ਤੈਨੂੰ ਫੋਲੋ ਕਰੂਗੇ। ਫੋਲੋ ਮੀ ਐਟ ਰੌਕਸ। ਇੱਕ ਮਿੰਟ ਇੱਕ ਮਿੰਟ, ਇਦਾਂ ਦੁਬਾਰਾ ਕਰੀ, ਇੱਥੋਂ ਆਇਆ ਨਹੀਂ ਪੂਰਾ। ਇਦਾਂ ਇਦਾਂ ਆ, ਜਿੱਦਾਂ ਇਦਾਂ ਫੋਲੋ ਮੀ ਐਟ ਰੌਕਸ ਦੀਪਾਂਸ਼ੂ ਕਰ ਕਰ। ਫੋਲੋ ਮੀ ਐਟ ਰੌਕਸ ਦੀਪਾਂਸ਼ੂ ਮੇਰੇ ਗਾਣੇ ਤੇ ਰੀ ਬਣਾਉਣ ਲੱਗਾ ਮੁੰਡਾ, ਤੇ ਆਪਾਂ ਹਿੱਟ ਹੋ ਜਾਣਾ ਹੁਣ, ਹੈ ਨਾ? ਹੋਰ ਕੀ ਹੈਰੀ ਭਾਜੀ, ਜਿੰਦਾਬਾਦ। ਆ ਭਰਾ ਆਪਣੇ ਸਵੇਰੇ ਸਵੇਰੇ ਚਾਹ ਤੇ ਨਾਲ ਗੋਲੀ ਖਾ ਲਈ ਆ? ਨਹੀਂ ਨਹੀਂ ਭਾਜੀ, ਗੋਲੀਆਂ ਖਾਣ ਵਾਲੇ ਬੰਦੇ ਨਹੀਂ ਆਪਾਂ। ਓ ਭਾਈ ਕੁਛ ਨਹੀਂ ਖਾਈਦਾ, ਸੌਂ ਲੱਗੇ, ਖਾਣ ਪੀਣ ਵਾਲੇ ਬੰਦੇ ਨਹੀਂ ਆਪਾਂ, ਬਸ ਚਾਹ ਪੀਣ ਵਾਲੇ ਬੰਦੇ। ਮੈਂ ਦਵਾਈ ਦੀ ਗੱਲ ਕਰ ਰਿਹਾ, ਦਵਾਈ ਖਾ ਲਈ? ਨਹੀਂ ਨਹੀਂ, ਮੈਂ ਦਵਾਈ ਦੀ ਵੀ, ਮੈਂ ਦਵਾਈ, ਮੈਨੂੰ ਕੀ ਹੋਣਾ ਭਾਈ, ਐਮ ਕੈਮ ਹੈ ਆਪਾਂ। ਮੈਂ ਸਵੇਰੇ ਸਵੇਰੇ ਖਾ ਲੈਂਦੇ ਹੁੰਦੇ ਮਲਟੀ ਵਿਟਾਮਿਨ। ਓ ਨਹੀਂ ਨਹੀਂ ਭਾਈ, ਤੁਸੀਂ ਕਿਹੜੀ ਗੋਲੀ ਸਮਝੇ? ਓ ਮੈਨੂੰ ਲੱਗਾ ਕੁਛ ਬਲੈਕ ਬਲੈਕ। ਓਕੇ ਓਕੇ। ਦੀਪਾਂਸ਼ੂ ਭਾਈ, ਤੁਹਾਨੂੰ ਗਾਣਾ ਕਿੱਦਾਂ ਲੱਗਾ ਹੈਰੀ ਭਾਈ ਦਾ? ਫਸਟ ਕਲਾਸ। ਅੱਛਾ ਸਰ, ਮੈਂ ਤੁਹਾਡੀ ਵੀਡੀਓਜ਼ ਦੇਖੀ, ਮੈਨੂੰ ਤੁਹਾਡੀ ਵੀਡੀਓ ਸੱਚੀ ਬਹੁਤ ਵਧੀਆ ਲੱਗ ਰਹੀ, ਤੁਸੀਂ ਵੀਡੀਓਜ਼ ਬਣਾਉਂਦੇ ਰਹੇ। ਵਾਹ ਯਾਰ, ਫੈਨ ਬਣ ਗਿਆ, ਤੁਹਾਨੂੰ ਵੀ ਵਧੀਆ ਲੱਗਦੀਆਂ ਨੇ ਵੀਡੀਓਜ਼? ਬਹੁਤ ਵਧੀਆ। ਚਿੱਟੇ ਸੂਟ ਤੇ ਦਾਗ ਪੈ ਗਏ। ਵਹੀ ਮੇਰਾ ਅੰਗ ਹੈ ਜਿਸ ਕਾ ਨਾਮ ਰੰਗ ਹੈ। ਇਫ ਆਈ ਐਮ ਨਾਈਸ ਦੈਨ ਯੂ ਈਟ ਰਾਈਸ। ਵਾਓ ਵਾਓ ਵਾਓ, ਫੈਂਟੈਸਟਿਕ ਫੈਂਟੈਸਟਿਕ। ਡਾਇਲੋਗ ਵੇਟ ਕਰ।
तेरे समान लगे वाली मैं जंगलों के शेरों से नहीं डरता, आप तो वैसे भी सर्कस के लगते हो। ओक मैन एक करी डांस करके दिखा दे, भंगड़ा पा, एक स्टेप पा दे। हां हां वो बहुत फेमस हुई है आपकी वो वाली। रेडी 3 2 1 गो। हाय नहीं ओए पागल। वेरी गुड वेरी गुड। ओए ओ वाला जो वो कह रहे हैं, केड़ा कह रहे हो? तुमने कहा वेरी गुड, दीस आर द गुड्स। ओ ए राइमिंग कर लेंदा, शायरी करया कर तू। कोई एक और शायरी? मैंने मूवी नहीं इतने देखी आई आई दी। हां जी हां जी, मैंने मूवी नहीं देखी आई री शायरी आई री आई री मूवी है कोई? सिद्धार्थ मल्होत्रा आई आर ई। आइसक्रीम खा के ਕਾਲਜ ਸਵੇਰੇ ਸਵੇਰੇ ਇੰਨਾ ਰਸ਼ ਕਦੀ ਕਦੀ ਹੁੰਦਾ ਪਰ ਹੋਇਆ ਤੇ ਇਹਦੇ ਕਰਕੇ ਹੋਇਆ। ਦਿਸ ਇਜ਼ ਕਾਲਡ ਦਮਾਲ ਮੈਨੇ ਕੀਆ ਕਮਾਲ। ਚੱਲ ਟੈਟੂ ਬਣਾ ਲੈ, ਤੂੰ ਪੋਟੈਟੋ ਖਾ ਜਾਵੇ ਭਾਈ। ਤੈਨੂੰ ਜੇ ਕੋਈ ਕਾਲਜ ਦੇ ਟੀਚਰ ਦੇਖ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੇਗਾ? ਨਹੀਂ ਨਹੀਂ ਯਾਰ, ਕੁਝ ਵਧੀਆ ਕਹਿ ਦੇ ਫਿਰ। ਜੈਕਟ ਬਹੁਤ ਸੋਹਣੀ ਭਾਈ, ਪਰ ਏਡੀ ਠੰਡ ਹੈ ਨੀ। ਕੋਈ ਗੱਲ ਨੀ ਭਾਈ, ਲੁਕਿੰਗ ਗੁੱਡ ਬ੍ਰੋ। ਇਹਨੇ ਸਿੰਗਰ ਬਣਨਾ, ਇਹਨੇ ਸਿੰਗਰ ਬਣਨਾ, ਸਿੰਗਰ ਨਹੀਂ ਬਣਨਾ ਐਕਟਰ ਬਣਨਾ, ਐਕਟਰ ਬਣਨਾ ਸੋਰੀ। ਓਏ ਬੈਕਗ੍ਰਾਉਂਡ ਇੱਧਰ 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 ਸਿੰਗਿੰਗ ਭਾਈ ਕਰਦਾ ਸੀ। ਕਿਹੜਾ ਟੀਚਰ ਤੁਹਾਨੂੰ ਵਧੀਆ ਲੱਗਦਾ ਜੀ? ਫਜੇ ਤੱਕ ਤਾਂ ਕੋਈ ਨਹੀਂ ਹੈ ਜਿਹੜਾ ਮੈਨੂੰ ਅਨਲਾਈਕ ਹੋਵੇ। ਸਾਰੇ ਵਧੀਆ, ਸਾਰੇ ਵਧੀਆ ਲੱਗਦੇ। ਹਾਂ ਯਾਰ ਨਾ ਦੱਸ ਦੇ ਫੇਵਰੇਟ ਟੀਚਰ। ਫੇਵਰੇਟ ਟੀਚਰ ਮੈਨੂੰ ਦੱਸ ਕਿੱਥੇ ਆ। ਓਲਰ ਫੇਵਰੇਟ ਹੈਰੋ ਟੀਚਰ ਤੇ ਆ, ਆਪ ਤੂੰ ਪੈਂਚਰ ਹੋਇਆ ਪਿਆ ਵਾ। ਤੂੰ ਨਾ ਭਰਦੇ ਫਿਰ ਭਰਾ, ਮੈਂ ਸਾਈਕਲ ਦੀ ਦੁਕਾਨ ਖੋਲੀ ਨਹੀਂ। ਓਲਾ ਫਿਰ ਯਾਰ मैंने बचपन में देखा था नोडी। अच्छा कुत्ता, कुत्ता दीपांशु आज तू की बोले कूलिप 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 खर्चन चक उन्हें भुक्की खाई दा ताई सराना बुला थल्ले लाई हां कूलिप प्लीज लिप कूल पिक नहीं नो नो चल छोड़ शराब 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 ਉਹਨੇ ਦਿਮਾਗ ਕਰ ਦੇਣਾ ਖਰਾਬ। ਦਾਰੂ ਉੱਠੇ ਚੜੂ ਹੋਰ ਸੁੱਟਾ ਸੁੱਟਾ ਤੇਰੇ ਘਰੇ ਸੁੱਟਾ ਮੈਨੂੰ ਲੱਗਦਾ ਸੁੱਟਾ ਸੁੱਟਾ ਤੂੰ ਪੜਦਾ ਬੂਟਾ ਨਹੀਂ ਓਏ ਟਾ ਤੇ ਤਾ ਦਾ ਫਰਕ ਆ ਤੈਨੂੰ ਨਾ ਨਹੀਂ ਪਤਾ ਹੋਰ ਹੋਰ ਪੀਕੋਕ ਦਾ ਨਾਮ ਹੈਗਾ ਮੋਰ।
ਆ ਕਰਾ ਗਿਆ ਮੁੰਡਾ ਵਾਹ ਤੇਰਾ ਮੇਰਾ ਨਾਮ ਹੋਰ ਵਾਹ ਯਾਰ ਤਾਰ ਤਾਰ ਆ ਜਾ ਤੈਨੂੰ ਮਾਰਾ ਅੱਛਾ ਤਾਰ ਤਾਰ ਹਾਂਜੀ ਭਾਈ ਵਲੌਗ ਸ਼ੂਟ ਹੋ ਰਿਹਾ ਉਹ ਭਾਜੀ ਮੈਨੂੰ ਨਾ चुप कर जा ज्यादा ही पढ़ लिया जहां मेरी जिंदगी मुझसे इतनी खफा नहीं सॉरी ऑडियंस इतना ही बनाया मैंने खुद गल सिर्फ नोट्स बनाने दी हो रही है कितने होर पासे ना लेके जायो सिद्धू मूसे वाले दा गाना नहीं है ऐदा ऐदा रीलां बनाउणियां तुर फिरके ਉਹ ਤਾਂ ਮੈਂ ਵੀ ਦੇਖੀ ਬੁੱਲਾਂ ਚ ਲਾਇਆ ਸਾਨੂੰ ਵੀ ਇਹੀ ਕਹਾਣੀ ਸੀ ਮੈਂ ਸੀ ਸਿੱਧਾ ਸਾਦਾ ਮੁੰਡਾ ਤੇ ਉਹ ਰਾਣੀ ਸੀ ਪਿਆਰ ਵਾਲੇ ਰਾਹਾਂ ਉੱਤੇ ਜਦੋਂ ਤੁਰ ਪਿਆ ਆਪਣੇ ਦਾ ਦੁੱਖ ਇੰਨੇ ਖਾਸ ਨਹੀਂ ਹੁੰਦੇ ਉਹ ਪਿਆਰ ਦੀ ਸੱਟਾਂ ਇੰਨੇ ਕੁ ਡੂੰਘੀਆਂ ਹੁੰਦੀਆਂ ਨਾ ਬਾਹਾਂ ਤੇ ਮਾਰੇ ਹੋਏ ਟੱਕਾਂ ਦੇ ਅਹਿਸਾਸ ਨਹੀਂ ਹੁੰਦੇ ਹਾਏ 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 ਕਹਿੰਦਾ ਤੂੰ ਸੁਣਾ ਕੇ ਇੱਥੇ ਕਰਕੇ ਸੁਣਾਉਣਾ ਵੀ ਉਹਨਾਂ ਨੇ ਹੁੰਦਾ ਜਿਹੜੇ ਸਾਥ ਛੱਡਦੇ ਨੇ ਕੁਝ ਲੋਕ ਹੁੰਦੇ ਤਾਂ ਖੰਡ ਵਰਗੇ ਨੇ ਮਿੱਠੇ ਤਾਂ ਹੁੰਦੇ ਪਰ ਨੁਕਸਾਨ ਵੀ ਬਹੁਤ ਕਰਦੇ ਨੇ ਬਸ ਮੈਂ ਕੋਈ ਸਾਡਾ ਨਵੇਂ ਨਵੇਂ ਮੌਕੇ ਦਿੰਦਾ ਰਹਿੰਦਾ ਨੈਟਫਲਿਕਸ ਦੀ ਆਡੀਸ਼ਨ ਹੋ ਰਹੀ ਆ ਹਾਂਜੀ ਸਰ ਕੋਈ ਵੀ ਖੜੀ ਨਹੀਂ ਦੇਣੀ ਆਡੀਸ਼ਨ ਹਾਂ ਦਵਾਂਗੇ ਆਡੀਸ਼ਨ ਤੇਜ਼ ਬਹੁਤ ਤੇਜ਼ बहुत वधिया बनाने पर की बेसन बेसन लाई होंगी वगैरह वगैरह हम आप मैडम की गल मान रख के काम घटा दें अगे तो वैसे मैंने खुशी बड़ी हुई कि उन्होंने तक भी पहुँच रहा ब्लॉग व्यूज मतलब घट आ रहा पर सारे आस पास के लोगों के होने है ना तो करके मैं लोग मिलते रहेंगे तो कि ते ब्लॉग देखते हैं बड़ी खुशी होंगी मैं तो बाकी 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 कॉलेज का तुम सा देखा वधिया वा नैटफलिक्स ऑडिशन हो रही हैं अज तो कुछ बायजूस के रिलेटिड भी कोई इंटर्नशिप हो रही थी मतलब हों रहा इतने वाइया जो कोई कॉलेज तो बहला देख लिया तो सोच रहे हो ए पी जे कॉलेज आना तो जरूर आइए बहुत वाइया कॉलेज आप इंजॉय भी पूरा करीदा तो जोड़े पढ़ाई करना चाहते हो पढ़ भी लेंगे तो वधिया कॉलेज आ बाकी मिलते हैं हूँ चंगा जी सत श्री अकाल सबसक्राइब कर लियो